ਬੀਬੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਦੇਖਦੇ ਹੋ ਸਿਆਸਤਦਾਨ ਜਿਹੜੇ ਆ ਕੇ ਇੱਥੇ ਆ ਕੇ ਵਾਅਦਾ ਕਰ ਜਾਂਦੇ ਉਦੋਂ ਬਾਅਦ ਪੂਰੇ ਹੁੰਦਾ ਕੋਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਅਸੀਂ ਬਹੁਤ ਹੀ ਆਪ ਤੋਂ ਜੋ ਵੀ ਵੱਡੇ ਨੇ ਕਿਹਾ ਸਭ ਨੂੰ ਅੱਗੇ ਮੰਨ ਚੁੱਕੇ ਹਾਂ। ਜੋ ਵੀ ਕਿਸੇ ਨੇ ਕਿਹਾ ਅਸੀਂ ਉਤਰਾ ਹੀ ਵੋਟਾਂ ਦੇ ਮਗਰ ਉਤਰਾ ਹੀ ਕੰਮ ਕਰਦੇ ਰਹੇ ਹਾਂ। ਪਰ ਜੋ ਵੀ ਹੋ ਸਕਦਾ ਨਾ, ਇੱਥੇ ਹੁਣ ਅੰਮ੍ਰਿਤਪਾਲ ਆਉਣਾ ਚਾਹੀਦਾ ਅਤੇ ਅਸੀਂ ਉਹਦੀ ਦੇਣ ਨਹੀਂ ਦੇ ਸਕਦੇ ਕਿਉਂਕਿ ਉਹਨੇ ਬਹੁਤ ਦੁਨੀਆ ਨੂੰ ਮਾਲਕ ਦੇ ਨਾਲ ਜੋੜਿਆ ਸੀ। ਸਰਕਾਰ ਵੀ ਆਪਣੇ ਪ੍ਰਚਾਰ 'ਚ ਕਹਿੰਦੀ ਫਿਰਦੀ ਹੈ, ਕਹਿੰਦੇ ਜਿੰਨਾ ਕੰਮ ਅਸੀਂ ਪਿਛੇ 24-25 ਮਹੀਨਿਆਂ 'ਚ ਕੀਤਾ ਆਮ ਆਦਮੀ ਪਾਰਟੀ ਵਾਲੇ ਝਾੜੂ ਵਾਲੇ, ਕਹਿੰਦੇ ਹੋਰ ਕਿਸੇ ਨੇ ਤਾਂ ਪਹਿਲਾਂ ਲੁੱਟਿਆ ਹੀ ਆਪਦੇ ਘਰ ਬਣਾਏ ਆ, ਪਰ ਅਸੀਂ ਤਰੱਕੀ ਕੀਤੀ ਹੈ ਪੰਜਾਬ। ਉਹਨਾਂ ਨੂੰ ਕਹੋ ਵੀ ਜਿਹੜੀ ਕਸਰ ਰਹਿ ਗਈ ਉਹ ਤੁਸੀਂ ਕੱਢਦੀ ਆ, ਅਤੇ ਅਸੀਂ ਤਾਂ ਹੁਣ ਇਹ ਆਉਂਦੇ ਹਾਂ ਵੀ ਇਹ ਕੋਈ ਪਾਰਟੀ ਵੀ ਨਾ ਆਵੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਆਉਣ ਸਾਡੇ ਕੋਲ। ਕੀ ਹੈ ਕਿ ਸਾਡੇ ਪਿੰਡ 'ਚ ਨਸ਼ੇ ਜਾਂ ਸਾਡੇ ਇਲਾਕੇ 'ਚ ਨਸ਼ਿਆਂ ਨਾਲ ਬੁਰਾ ਹਾਲ ਹੋਇਆ ਪਿਆ, ਤੁਸੀਂ ਵੀ ਇਹ ਆਸੇ ਪਾਸੇ ਦੇਖਦੇ ਹੋ, ਸੰਤਾਪ ਭੰਡਾ ਰਹੇ ਹੋ ਇਹਨਾਂ ਗੱਲਾਂ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜੋ ਵੀਰ ਜੀ ਉਹਨਾਂ ਨੇ ਬੋਲਿਆ ਸਭ ਸੱਚ ਹੈ, ਅਤੇ ਬਸ ਅਸੀਂ ਤਾਂ ਇਹ ਸੁਣਾਉਂਦੇ ਵੀ ਸਾਡਾ ਵੀਰ ਅੰਮ੍ਰਿਤਪਾਲ ਜੀ ਉਹ ਵੀ ਬਾਹਰ ਆਵੇ, ਉਹਨੂੰ ਤਾਂ ਹੀ ਵੋਟਾਂ ਪਾਉਂਦੇ ਹਾਂ। ਤੁਸੀਂ ਵੀ ਇਸੇ ਕਰਕੇ ਇੱਥੇ ਖੜਦੇ ਹੋ ਇਹਨਾਂ? ਅਸੀਂ ਨਸ਼ਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਜੀ। ਤੁਹਾਨੂੰ ਇੱਕ ਮੁੱਦਾ ਸਭ ਤੋਂ ਵੱਡਾ ਹੀ ਲੱਗ ਰਿਹਾ? ਹਾਂਜੀ ਹਾਂਜੀ, ਸਾਰੇ ਲੱਗਦੇ ਆ ਜੀ, ਅੰਮ੍ਰਿਤਪਾਲ ਭਾਈ ਵੀ ਬਾਹਰ ਆਉਣੇ ਚਾਹੀਦੇ ਸਭ। ਅਖੀਰ ਦੇ ਵਿੱਚ, ਕਿਉਂਕਿ ਮੈਂ ਗੱਲਾਂ ਪਹਿਲਾਂ ਵੀ ਕੀਤੀਆਂ, ਤੁਸੀਂ ਕਿਹਾ ਕਿ ਕੁਛ ਕਹਿਣਾ ਚਾਹੁੰਦੇ ਹੋ? ਹਾਂਜੀ ਵੀਰ ਜੀ, ਵੀਰ ਜੀ ਸਾਰੇ ਕਹਿ ਰਹੇ ਆ ਕਿ ਭਾਈ ਅੰਮ੍ਰਿਤਪਾਲ ਨੂੰ ਤੁਸੀਂ ਕਿਉਂ ਵੋਟ ਪਾਉਣਾ ਚਾਹੁੰਦੇ ਹੋ। ਭਾਈ ਵੀਰ ਜੀ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਸਾਡੇ ਪਿੰਡ ਆਏ ਸੀ ਨਾ ਖਾਲਸਾ ਵੀਰ ਲੈ ਕੇ, ਸਾਨੂੰ ਉਸ ਟਾਈਮ ਇੱਕ ਉਮੀਦ ਜਾਗੀ। ਉਹ ਉਮੀਦ ਤਾਂ ਸਾ ਕਿਹੜੀ ਸੀਗੀ, ਇਹਨਾਂ ਦਾ ਬੇਟਾ 15 ਸਾਲ ਦਾ, ਮੇਰਾ 16 ਸਾਲ ਦਾ, ਅੱਜ ਤੱਕ ਅਸੀਂ ਆਪਣੇ ਬੱਚਿਆਂ ਨੂੰ ਕਦੀ ਬਾਹਰ ਨਹੀਂ ਨਿਕਲਣ ਦਿੱਤਾ। ਕਿਉਂ? ਇਹ ਪਿੰਡ ਦੇ ਮਾਹੌਲ, ਇਹ ਸਿਸਟਮ ਦੇ ਤੋਂ ਡਰ ਲੱਗਦਾ ਕਿ ਸਾਡੇ ਬੱਚੇ ਵੀ ਉਹਨਾਂ ਰਾਹਾਂ 'ਤੇ ਨਾ ਜਾਣ ਜਿਹੜੇ ਲਾਗੇ ਅਸੀਂ ਜਿਨ੍ਹਾਂ ਨੂੰ ਰੋਜ਼ ਦੇਖਦੇ ਹਾਂ। ਵੀਰ ਜੀ, ਜਦੋਂ ਅੰਮ੍ਰਿਤਪਾਲ ਸਿੰਘ ਜੀ ਆਪਣੇ ਪਿੰਡ ਆਏ ਸੀਗੇ ਨਾ, ਸਾਡੇ ਦਿਲ 'ਚ ਇੱਕ ਉਮੀਦ ਜਾਗੀ ਕਿ ਸ਼ਾਇਦ ਸਾਡੇ ਬੱਚੇ ਬਚ ਜਾਣਗੇ, ਇਹਨਾਂ ਨਸ਼ਿਆਂ ਤੋਂ ਬਚ ਜਾਣਗੇ। ਪਰ ਜਦੋਂ ਉਹਨਾਂ 'ਤੇ ਝੂਠੇ ਬਲੇਮ ਲਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ, ਸਾਡੀ ਉਹ ਉਮੀਦ ਟੁੱਟ ਗਈ। ਅੱਜ ਜਦੋਂ ਸਾਨੂੰ ਪਤਾ ਲੱਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੋਟਾਂ ਵਿੱਚ ਆ ਰਹੇ ਨੇ, ਸਾਨੂੰ ਵੀ ਲੱਗਦਾ, ਅਸੀਂ ਸਾਰੇ ਬੀਬੀਆਂ ਭੈਣਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਪਲੀਜ਼, ਆਪਾਂ ਸਾਰੀ ਉਮਰ ਸਾਰੀਆਂ ਪਾਰਟੀਆਂ ਨੂੰ ਵੋਟ ਕੀਤੀ, ਉਹ ਵੀ ਆਪਣੇ ਭੈਣ ਭਰਾ ਨੇ, ਆਪਣੀ ਮਰਜ਼ੀ ਨਾਲ ਆਪਾਂ ਵੋਟ ਕਰਦੇ ਰਹੇ ਹਾਂ ਨਾ। ਅੱਜ ਸਾਰੀਆਂ ਹੀ ਪਾਰਟੀਆਂ ਨੂੰ ਦੂਰ ਛੱਡ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਜੀ ਨੂੰ ਮੌਕਾ ਦੇਣਾ ਚਾਹੀਦਾ ਵਾ, ਸਿਰਫ ਉਹਨਾਂ ਦੀ ਰਿਹਾਈ ਵਾਸਤੇ ਨਹੀਂ, ਆਪਣੇ ਬਚਾਵ ਲਈ, ਆਪਣੇ ਬੱਚਿਆਂ ਦੇ ਬਚਾਵ ਲਈ, ਕਿਉਂਕਿ ਅਸੀਂ ਆਪਣੇ ਬੱਚੇ ਬਚਾਉਣਾ ਚਾਹੁੰਦੇ ਹਾਂ, ਆਪਣੇ ਬੱਚੇ ਬਚਾਉਣਾ ਚਾਹੁੰਦੇ ਹਾਂ। 15 ਸਾਲ ਦਾ ਵੇਖੋ ਗਲੀਆਂ ਦਾ ਹਾਲ ਕੀ ਆ, ਅਸੀਂ ਬਾਹਰ ਕੋਰੇ 'ਚ ਰਹਿੰਦੇ ਹਾਂ, ਅਤੇ ਜਦੋਂ ਆਉਂਦੇ ਹਾਂ ਨਾ ਆਪਣੇ ਰੋਹੀ ਦੇ ਉੱਤੇ ਆਉਂਦੀ ਸਾਡਾ ਰਾਹ ਵਾ, ਅਤੇ ਟੀਕਾ ਲਾਉਣ ਵਾਲਿਆਂ ਦੀ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਰੋਹੀ ਦੇ ਉੱਤੇ। ਇਹਨਾਂ ਦੇ ਇਹਨਾਂ ਨੇ ਕੀਤਾ ਕੀ ਆ, ਸਾਰਾ ਕੁਝ ਤੁਹਾਡੇ ਅੱਖੀ ਵਹਿੰਦੇ ਵਹਿੰਦੇ ਇੱਥੋਂ ਤੱਕ ਪਹੁੰਚ ਗਈ ਗੱਲ? ਦੇਖੋ ਜੀ, ਇਹਨਾਂ ਨੇ ਤਾਂ ਰਹਿਣ ਹੀ ਕੱਖ ਨਹੀਂ ਦਿੱਤਾ, ਇਹਨਾਂ ਤਿੰਨਾਂ ਚੋਂ ਪਾਰਟੀਆਂ ਜਿਹੜੀਆਂ ਪਈਆਂ ਹੈ ਰਹੀਆਂ ਵਾਂ, ਇਹਨਾਂ ਨਹੀਂ ਕੱਖ ਰਹਿਣ ਦਾ ਪੰਜਾਬ ਦੇ ਵਿੱਚ, ਇਹਨਾਂ ਨੇ ਛੇਕੜ ਕਰਕੇ ਸੁੱਟ ਦਿੱਤੀ ਆ, ਨੌਜਵਾਨੀ ਦਾ ਤਾਂ ਬਿਲਕੁਲ ਘਾਣ ਕਰਕੇ ਸੁੱਟਤਾ ਇਹਨਾਂ ਨੇ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਮਤਲਬ ਹੁਣ ਅੰਮ੍ਰਿਤਪਾਲ ਆਵੇ ਤਾਂ ਇਹ ਇਹਨਾਂ ਨੂੰ ਲੋਕਾਂ ਨੂੰ ਸਿੱਧੇ ਰਾਏ ਪਾਵੇ। ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਵਾਰੀ ਕਹਿ ਚੁੱਕੇ ਆ, ਕਹਿੰਦੇ ਬਸ ਥੋੜ੍ਹਾ ਸਮਾਂ ਹੋਰ ਦੇ ਦਿਓ, ਨਸ਼ਾ ਹੀ ਖਤਮ ਹੋ ਜਾਣਾ। ਛੇਕੜ ਹੋ ਗਈ ਸਾਰਿਆਂ ਦੀ, ਇਹਨਾਂ ਦੇ ਪੱਲੇ ਨਹੀਂ ਕੱਖ ਵੀ ਹੈਗਾ। ਇਹ ਜੇ ਇਹਨਾਂ ਨੇ ਕੰਮ ਕਰਨਾ ਸੀ ਤੇ ਕੀ ਗੱਲ, ਮਤਲਬ ਇਹ ਆ ਜਿਹੜੇ ਨਸ਼ੇ ਬੰਦ ਨਹੀਂ ਕਰ ਸਕਦਾ ਜਿਹੜਾ ਮੈਂ 8-12 ਚ ਕਰਨੇ ਆ? ਹੁਣ ਕਿੰਨੇ ਸਾਲ ਹੋ ਗਏ, 2.5-3 ਸਾਲ ਹੋ ਗਿਆ ਇਹਨੂੰ MLA ਬਣੇ ਨੂੰ, ਮੁੱਖ ਮੰਤਰੀ ਬਣੇ ਨੂੰ? ਇਹ ਵੇਖ ਲਓ, ਇਹ ਜਗ੍ਹਾ ਵੇਖ ਲਓ ਕਿੱਦਾਂ ਦੀ ਆ, ਤੇ ਉਹਦਾ ਘਰ ਦੇਖ ਲਓ ਜਾ ਕੇ ਕਿੱਦਾਂ ਦਾ। ਵੇਖੋ ਜੀ, ਕਵਰ ਵਿਜੇ ਪ੍ਰਤਾਪ ਨੇ ਕੀ ਕਿਹਾ ਵਾ ਕਿ ਅੰਮ੍ਰਿਤਸਰ ਦੇ ਵਿੱਚ ਦੋ ਪੁਲਿਸ ਦੇ ਵੱਡੇ ਅਫਸਰ ਜਿਹੜੇ ਆ ਉਹ ਨਸ਼ਾ ਵਿਕਾਰ ਹੈ, ਤੇ ਕਿਹੜੀ ਸ਼ਹਿ ਤੇ? ਰਾਘਵ ਚੱਡਾ ਦੀ ਸ਼ਹਿ ਤੇ। ਉਹਨੇ ਕਿਹਾ ਨਾ ਆਮ ਪਾਰਟੀ ਦੇ ਵਿੱਚ ਉਹ MLA ਆ, ਤੇ ਉਹਦਾ ਜਵਾਬ ਮੁੱਖ ਮੰਤਰੀ ਕੋਲ ਆਇਆ ਕਿਉਂ ਨਹੀਂ ਆ? ਉਹ ਜਵਾਬ ਦੇਵੇ ਜੇ ਸੱਚਾ ਦੇ,
ਉਹਨੇ ਖੁਦ ਕਿਹਾ ਵੀ ਦੋ ਬੰਦੇ ਪੁਲਿਸ ਦੇ ਜਿਹੜੇ ਆ ਵੱਡੇ ਅਫਸਰ ਜਿਹੜੇ ਰਾਘਵ ਚੱਡਾ ਜੀ ਸ਼ਹਿਰ ਦੇ ਨਾਲ ਨਸ਼ਾ ਵਿਕਾ ਰਹੇ ਆ। ਉਹ ਤੇ ਇਹ ਵੀ ਕਹਿੰਦੇ ਆ ਬੇਅਦਬੀ ਵਾਲੇ ਮਸਲੇ ਦੇ ਉੱਤੇ ਮੈਂ ਬੇਵੱਸ ਹੋ ਗਿਆ, ਮੈਨੂੰ ਤਾਂ ਜਲੀਲ ਕੀਤਾ ਜਾ ਰਿਹਾ। ਭਈ ਕਹਿੰਦਾ ਵੀ ਫਲਾਨੀ ਪਾਰਟੀ ਨੇ ਕੀਤਾ, ਉਹਨੇ ਬੇਅਦਬੀ ਕੀਤੀ ਤੇ ਹੁਣ ਦਿੰਦਾ ਕਿਉਂ ਨਹੀਂ ਅੰਦਰ? ਇਹ ਅੰਦਰੋਂ ਰਲੇ ਆ ਸਾਰੇ ਜੀ, ਸਾਰਿਆਂ ਦਾ ਅੱਗਾ ਹੁਣ ਵੀ ਇਹਨਾਂ ਦਾ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਾ ਕਿ ਅੰਮ੍ਰਿਤਪਾਲ ਨੂੰ ਆਪਾਂ ਬਦਨਾਮ ਕਰਕੇ ਆਹ ਵੇਖੋ ਆਮ ਪਾਰਟੀ 'ਤੇ ਕਿੱਦਾਂ ਉਹਨਾਂ ਨੇ ਵੀਡੀਓ ਪਾ ਰਹੇ ਆ ਵੀ ਆਹ ਵੇਖੋ ਜੀ ਅੰਮ੍ਰਿਤਪਾਲ ਮੋਗੇ 'ਚ ਭੱਜਾ ਜਾਣ ਡਿਆ, ਭਗੌੜਾ ਵਾਏ, ਆਹ ਫਲਾਣੇ ਥਾਂ 'ਤੇ ਆਹ ਲੇਡੀਜ਼ ਨਾਲ ਗੱਲ ਕਰਨ ਡਿਆ। ਇਹਨਾਂ ਦਾ ਜ਼ੋਰ ਲੱਗਾ ਪਿਆ ਕਿਉਂਕਿ ਉਹ ਸਰਵਾ ਕਰਾ ਕੇ ਵੇਖ ਲਿਆ ਪਿੰਡਾਂ 'ਚ ਉਹਨਾਂ ਨੇ, ਲੋਕ ਆਪ ਮੁਹਾਰੇ ਕਮੇਟੀਆਂ ਬਣਾ ਬਣਾ ਕੇ ਪਿੰਡਾਂ 'ਚ ਗੁਰਦੁਆਰਿਆਂ 'ਚ ਅਨਾਊਂਸਮੈਂਟਾਂ ਕਰਾ ਕੇ ਇੱਕੋ ਹੀ ਆਵਾਜ਼ ਕਹਿ ਰਹੇ ਆ ਕਿ ਸਾਰਾ ਪਿੰਡ ਇੱਕ ਹੋ ਜਾਓ ਅਤੇ ਸਾਰਿਆਂ ਨੇ ਕਿਸੇ ਦਾ ਬੂਥ ਨਹੀਂ ਲਾਉਣਾ ਅਤੇ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਾਂ ਵੋਟ ਪਾ ਕੇ ਅਤੇ ਕਾਮਯਾਬ ਕਰਕੇ। ਇੱਕ ਗੱਲ ਹੋਰ ਦੱਸੋ, ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਹੋ ਗਏ, ਭਾਜਪਾ ਵਾਲੇ ਹੋ ਗਏ, ਉਹ ਲੋਕ ਕੀ ਗੱਲਾਂ ਕਰਦੇ ਆ ਜਿਹੜੇ ਪਾਰਟੀਆਂ ਨਾਲ? ਜੀ ਸਾਡਾ ਲਾਗੇ ਪਿੰਡ ਅਲੋਵਾਲ, ਅਸੀਂ ਵੀ ਪੂਰਾ ਇਕੱਠ ਕਰ ਲਿਆ ਵਾ, ਉਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਖੁਦ ਕਹਿ ਤਾ ਕੌਣ ਬਲਟੋਆ, ਅਸੀਂ ਨਹੀਂ ਬਲਟੋਏ ਨੂੰ ਜਾਣਦੇ, ਨਾ ਉਹਦਾ ਇਲਾਕਾ ਵਾ ਅਤੇ ਨਾ ਅਸੀਂ ਕਿਸੇ ਜੀਰੇ ਨੂੰ ਜਾਣਦੇ। ਅਸੀਂ ਖੁਦ ਕਾਂਗਰਸ ਨੂੰ ਵੋਟ ਪਾਉਂਦੇ ਰਹੇ ਹਾਂ, ਨਾ ਹੀ ਜੀਰੇ ਨੂੰ ਜਾਣਦੇ, ਨਾ ਹੀ ਵਲਟੋਏ ਨੂੰ ਜਾਣਦੇ, ਨਾ ਹੀ ਆਮ ਦੂਜੀ ਆਮ ਪਾਰਟੀ ਨੂੰ ਜਾਣਦੇ ਆ। ਸਾਡੀ ਵੋਟ ਪਿੰਡ ਦੇ ਵਿੱਚੋਂ ਜਿੰਨੀ ਵੀ ਆ ਸਾਰਿਆਂ ਨੇ ਕਿਹਾ ਜੀ ਅਸੀਂ ਕਿਸੇ ਦਾ ਬੂਥ ਨਹੀਂ ਲੱਗਣ ਦੇਣਾ, ਸਾਰੀ ਵੋਟ ਜਿਹੜੀ ਆ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਪੋਲਿੰਗ ਹੋਊਗੀ ਜੀ। ਤਾਂ ਜਿਹੜੇ ਤੁਹਾਡੇ ਪਿੰਡ ਦੇ ਇੱਕ ਹੋਰ ਤੁਸੀਂ ਦੱਸੋ ਕਿ ਉਮੀਦਵਾਰ ਹੀ ਭਾਜਪਾ ਦੇ ਤੁਹਾਡੇ ਪਿੰਡ ਦੇ ਬਣੇ ਹੋਏ ਆ, ਕੀ ਉਹਨਾਂ ਨੂੰ ਹੁੰਗਾਰਾ ਨਹੀਂ ਮਿਲਣਾ? ਹੁੰਗਾਰਾ ਉਹਨਾਂ ਨੂੰ ਇੰਨਾ ਕੁ ਮਿਲਣਾ ਜੀ, ਇਸੇ ਜਿੱਦਾਂ ਉਹ ਉਮੀਦਵਾਰ ਐਮ ਪੀ ਖਲੋਣ ਤੋਂ ਪਹਿਲਾਂ 3 ਵਾਰ ਇਸੇ ਹਲਕੇ ਦਾ ਐਮ ਐਲ ਏ ਰਿਹਾ, ਆਹ ਉਹਦਾ ਕੰਮ ਹੈ। ਜਿੰਨਾ ਨਸ਼ਾ ਵਿਕਿਆ ਉਹਨਾਂ ਦੇ ਟਾਈਮ 'ਚ ਵਿਕਿਆ, ਉਹਨਾਂ ਦੇ ਟਾਈਮ 'ਚ ਸ਼ੁਰੂ ਹੋਇਆ, ਉਹਨਾਂ ਦੇ ਟਾਈਮ 'ਚ ਵਧਿਆ, ਸਾਰੇ ਪਿੰਡ 'ਚ ਘੁੰਮ ਕੇ ਵੇਖ ਲਓ, ਇਲਾਕਾ ਛੱਡ ਦਿਉ। ਬਾਬਾ ਕਾਲਾ ਸਾਹਿਬ ਤੋਂ ਐਮ ਐਲ ਏ ਇੱਕ ਵਾਰ ਬਣਿਆ, 2 ਵਾਰ ਖਰੂਰ ਸਾਹਿਬ ਤੋਂ ਬਣੇ ਆ, ਇਲਾਕਾ ਮੈਂ ਛੱਡ ਦਿਉ, ਇਲਾਕਾ ਵੇਖਣ ਤੁਹਾਨੂੰ ਲੋੜ ਨਹੀਂ ਆ, ਆਹ ਪਿੰਡ ਵੇਖ ਲਓ, ਸਾਰਾ ਪਿੰਡ ਘੁੰਮ ਕੇ ਵੇਖ ਲਓ ਕਿੰਨਾ ਇਹ 'ਚ ਵਿਕਾਸ ਹੋਇਆ। ਐਮ ਐਲ ਏ ਦਾ ਜਿਹੜਾ ਹੁਣ ਬੀਜੇਪੀ ਦਾ ਐਮ ਪੀ ਆ ਖਲੋਤਾ ਵਾ, ਉਹਦਾ ਪਿੰਡ ਆ, ਕਿੰਨਾ ਵਿਕਾਸ ਆ। ਕੋਈ ਵੀ ਲੀਡਰ ਬਣਦਾ ਪਹਿਲਾਂ ਆਪਣੇ ਪਿੰਡ ਦਾ ਸੋਚਦਾ, ਪਿੰਡ ਦਾ ਕੀ ਕੀਤਾ, ਜੇ ਪਿੰਡ ਦਾ ਨਹੀਂ ਕੀਤਾ ਹਲਕੇ ਦਾ ਕੀ ਆਉਣ ਵਾਲੇ ਸਮੇਂ 'ਚ ਕੀ ਕਰੂਗਾ।